ਉਦੋਂ ਜਾਮ ਕੇ ਹਨ ਸਾਡੇ ਨਾਲ। ਅੱਛਾ, ਜਾਮ ਕੇ ਉਹਨਾਂ ਨੂੰ ਪਾਇਆ ਸਨ ਮੁਸਲਮਾਨ। ਅੱਛਾ ਅੱਛਾ, ਉਥੋਂ ਲੜਾਈ ਸ਼ੁਰੂ ਹੋਈ ਸੀ। ਉਹ ਜਵਾਨ ਬੀਬੀਆਂ ਜਿਹੜੀਆਂ ਨੇ ਖੂਹ ਦੇ ਵਿੱਚ ਛਾਲਾਂ ਮਾਰ ਮਾਰ ਕੇ ਵਿਚਾਰੀਆਂ ਮਰ ਗਈਆਂ ਹਨ। ਅੱਛਾ, ਖੂਹ ਭਰੇ ਗਏ ਸਨ। ਉਹ ਫਿਰ ਆ ਗਏ ਹਨ, 4 ਵਜੇ ਸਾਡੇ ਪਿੰਡ ਆ ਗਏ ਹਨ। ਛੱਪੜੀਆਂ ਵਿੱਚ ਪਾਣੀ ਜਿਹੜਾ ਹੈ ਨਾ, ਇਹ ਕੁਣ ਹੀ ਮਿਲਦਾ ਹੁੰਦਾ, ਮੁਰਦਿਆਂ ਵਾਲਾ ਪਾਣੀ ਲੋਕੀ ਪੀ ਪੀ ਕੇ ਟਾਈਮ ਪਾਸ ਕੀਤਾ। ਇੰਨੀ ਤੰਗੀ ਆਈ, ਇੰਨੀ ਤੰਗੀ ਆਈ, ਬੜਾ ਜ਼ੁਲਮ ਹੋਇਆ, ਬੜਾ ਬਹੁਤ ਜ਼ੁਲਮ ਹੋਇਆ। ਸਾਡਾ ਇੱਕ ਵੱਡਾ ਸੀ ਤਾਤੋਂ ਜਿਹੜਾ, ਉਹ ਗੋਲੀ ਵੀ ਚੱਲੇ, ਸਾਡਾ ਨਾਲ ਡੇਰਾ ਸੀ। ਅੱਛਾ, ਢਾਬਾਂ ਵਾਲੀ ਮੰਡੀ ਦੇ ਇਸ ਪਾਸੇ ਢਾਬਾਂ ਤੇ ਇੱਕ ਪਾਸੇ ਸਾਡਾ ਡੇਰਾ ਸੀ। ਹਾਂਜੀ ਹਾਂਜੀ, ਉਹ ਡੇਰੇ ਤੋਂ ਭੱਜ ਕੇ ਜਾ ਕੇ ਇੱਕ ਸਿਆਂ ਦਾ ਚੁੱਕ ਲਿਆ ਪੀਪਾ। ਅੱਛਾ ਅੱਛਾ, ਤੇ ਕੋਈ ਹੋਰ ਮਾਲ ਚੁੱਕ ਕੇ ਆ ਗਿਆ, ਆ ਗਿਆ ਤੂੰ ਤੇ ਗੋਲੀ ਚੱਲਦੀ ਪਈ ਤੇ ਤੂੰ ਕਿੱਥੇ ਗਿਆ, ਤੂੰ ਕਿੱਥੇ ਗਿਆ। ਹਾਂ, ਉਹ ਵੇਖਦਾ ਹਾਂ ਸਿਆਂ ਦਾ ਨਾਲ ਹੀ ਪੀਪਾ ਲਿਆਂਦਾ ਹੈ, ਉਹ ਪੀਪਾ ਪੀਪਾ ਲੈਂਦਾ ਪੀਪਾ ਪੀਪਾ। ਮਤਲਬ ਆਪਣਾ ਮੁਸਲਮਾਨ ਆਉਂਦੇ ਜਾਂਦੇ ਸਨ ਕਿ ਨਹੀਂ ਆਉਂਦੇ ਜਾਂਦੇ? ਮਤਲਬ ਸਾਰੇ ਆਉਂਦੇ ਜਾਂਦੇ ਸਨ, ਉਦੋਂ ਤਾਂ ਗੱਲਬਾਤ ਹੀ। ਅੱਛਾ ਅੱਛਾ, ਮਤਲਬ ਜਿਵੇਂ ਭਰਾਵਾਂ ਭਰਾਵਾਂ ਦਾ ਤੌਰ ਸੀ, ਕੋਈ ਗੱਲ ਨਹੀਂ ਸੀ। ਠੀਕ ਠੀਕ, ਸਾਡੇ ਪਿੰਡ 'ਚ ਕੋਈ ਇਹੋ ਜਿਹੀ ਗੱਲ ਹੀ ਹੋਣੀ ਸੀ ਕੋਈ ਨਾ। ਠੀਕ, ਬੜਾ ਪਿਆਰ ਸੀ, ਬੜਾ ਪਿਆਰ ਸੀ। ਹਾਂ, ਇਹ ਤੁਹਾਨੂੰ ਸਾਰਾ ਨਕਸ਼ਾ ਤਾਂ ਯਾਦ ਹੋਣਾ ਬਾਪੂ ਜੀ, ਅੱਜ ਆਪਣਾ ਤੁਸੀਂ ਪਿੰਡ ਜਾਓ ਤੇ ਸਾਰਾ ਸੰਝਾਲੋਗੇ? ਹਾਂ, ਪਿੰਡ ਜਾਈਏ ਸਾਰਾ ਗਲੀ ਗਲੀ ਫਿਰ ਸਾਡੇ ਪਿੰਡ ਦੀਆਂ ਗਲੀਆਂ ਖੁੱਲੀਆਂ ਸਨ। ਅੱਛਾ ਅੱਛਾ, ਬਾਜ਼ਾਰ ਬੜੇ ਬੜੇ ਖੁੱਲੇ ਸਨ। 4-5 ਬਾਜ਼ਾਰ ਸਨ, ਇੱਕ ਅੰਜ ਦਾ ਸੀ, ਇੱਕ ਅੰਜ ਦਾ ਸੀ, ਇੱਕ ਫਿਰ ਮਗਰ ਅੰਜ ਸਿੱਧਾ। ਵੱਡੇ ਵੱਡੇ ਬਾਜ਼ਾਰ ਸਨ, ਵੱਡੇ ਵੱਡੇ ਬਾਜ਼ਾਰ ਸਨ। ਹਾਂ ਬਾਪੂ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਠੀਕ ਠਾਕ ਹੋ ਬਾਪੂ ਜੀ? ਹਾਂਜੀ, ਠੀਕ ਠਾਕ। ਤੇ ਬਾਪੂ ਜੀ ਆਪਣਾ ਨਾਂ ਕੀ ਤੁਹਾਡਾ? ਦਲੀਪ ਸਿੰਘ। ਦਲੀਪ ਸਿੰਘ, ਹਾਂ। ਤੇ ਆਪਣੇ ਪਾਪਾ ਜੀ ਦਾ ਕੀ ਨਾਂ ਸੀ? ਸ਼ਿੰਗਾਰਾ ਸਿੰਘ। ਤੇ ਦਾਦਾ ਜੀ ਦਾ? ਇੰਦਰ ਸਿੰਘ। ਇੰਦਰ ਸਿੰਘ, ਹਾਂ, ਠੀਕ ਹੈ। ਤੇ ਬਾਪੂ ਜੀ ਆਪਣੀ ਜਾਤ ਕਿਹੜੀ ਤੁਹਾਡੀ? ਗਰਾਏ। ਗਰਾਏ ਗਰਾਏ, ਠੀਕ ਹੈ ਠੀਕ ਹੈ। ਤੇ ਬਾਪੂ ਜੀ ਤੁਹਾਡਾ ਜਨਮ ਪਾਕਿਸਤਾਨ ਦਾ? ਹਾਂ, ਪਾਕਿਸਤਾਨ ਦਾ। ਅੱਛਾ ਅੱਛਾ, ਸਾਡੇ 5 ਭਰਾਵਾਂ ਦੇ ਪਾਕਿਸਤਾਨ ਦਾ ਜਨਮ ਹੈ। ਅੱਛਾ ਅੱਛਾ, ਸਾਰਾ ਦਾ ਪਾਕਿਸਤਾਨ ਦਾ? ਸਾਰਾ ਪੰਜਾਬ ਦਾ, ਪਾਕਿਸਤਾਨ ਦਾ। ਠੀਕ ਠੀਕ। ਤੇ ਬਾਪੂ ਜੀ ਤੁਸੀਂ ਇੱਧਰ ਆਏ ਸੋ ਉਸ ਟਾਈਮ ਕਿੰਨੇ ਸਾਲ ਦੇ ਸੋ? ਪਰ ਮੈਨੂੰ ਇੰਨਾ ਨਹੀਂ ਪਤਾ ਸਾਲ ਦਾ, ਨਹੀਂ ਅੰਦਾਜ਼ਾ। ਫਿਰ ਵੀ ਜਦੋਂ ਤੁਸੀਂ ਇੱਧਰ ਹਿੰਦੁਸਤਾਨ ਆਏ ਹੋ, ਜਦੋਂ ਵੰਡ ਹੋਈ ਹੈ, ਉਸ ਟਾਈਮ ਕਿੰਨੇ ਸਾਲ ਦੇ ਸੋ? ਉਦੋਂ ਵਾਂਗ ਕੋਈ 14-15 ਸਾਲ, 14-15 ਸਾਲ ਦੇ। ਹਾਂ, ਠੀਕ ਠੀਕ। ਤੇ ਬਾਪੂ ਜੀ ਪਿੱਛੇ ਪਿੰਡ ਕਿਹੜਾ ਸੀ ਆਪਣਾ ਉੱਥੇ? ਮਾਣੀਆਲਾ। ਮਾਣੀਆਲਾ, ਹਾਂ। ਤੇ ਉਹਦੇ ਨਾਲ ਨਾਲ ਕਿਹੜੇ ਪਿੰਡ ਸਨ? ਇੱਕ ਦੋ ਪਿੰਡ ਦੇ ਨਾਂ ਯਾਦ ਹੋਣ। ਉਹਦੇ ਨਾਲ ਸਨ ਆਪਣਾ ਆ ਨਵਾਂ ਪਿੰਡ ਆ ਬੈਠੇ ਨੇ ਇੱਥੇ, ਆ ਨਵੇਂ ਪਿੰਡ ਵਾਲੇ। ਅੱਛਾ ਅੱਛਾ, ਇਹ ਸਨ। ਤੇ ਆਪਣਾ ਹੀ ਨਾਲ ਉਹ ਸੀ ਆਪਣਾ ਵੜੈਚਾਂ ਦਾ ਪਿੰਡ ਸੀ, ਡਿਉੜੀ। ਡਿਉੜੀ ਡਿਉੜੀ, ਅੱਛਾ ਅੱਛਾ, ਹਾਂ। ਫਿਰ ਸਾਡੇ ਨਾਲ ਢਾਬਾਂ ਦੀ ਮੰਡੀ ਲੱਗਦੀ ਸੀ। ਅੱਛਾ, ਢਾਬਾਂ ਦੀ ਮੰਡੀ ਹੈ? ਹਾਂ, ਢਾਬਾਂ ਦੀ ਮੰਡੀ। ਠੀਕ ਠੀਕ। ਨਾਲ ਕਮੋਵਾਂ ਦੇ ਪਿੰਡ ਸਨ ਸਾਡੇ ਨਾਲ। ਅੱਛਾ ਅੱਛਾ, ਸਾਡੀਆਂ ਪੈਲੀਆਂ ਦੇ ਨਾਲ। ਠੀਕ ਸਰ। ਤੇ ਬਾਪੂ ਜੀ ਆਪਣਾ ਉੱਥੇ ਜ਼ਿਲ੍ਹਾ ਕਿਹੜਾ ਸੀ ਤੁਹਾਡਾ? ਸ਼ੇਖੂਪੁਰਾ। ਸ਼ੇਖੂਪੁਰਾ, ਹੈ। ਹਾਂ, ਠੀਕ ਠੀਕ। ਸਾਡਾ ਪਿੰਡ ਇੱਕ ਪਿੰਡ ਸਾਨੂੰ ਮੁਰੱਬੇ ਮਿਲੇ ਸਨ, ਲੱਦੇ ਵਾਲੇ। ਲੱਦੇ ਵਾਲੇ ਵਡੈਚ, ਲੱਦੇ ਵਾਲਾ। ਉੱਥੇ ਸਾਨੂੰ ਮਿਲੇ ਸਨ ਮੁਰੱਬੇ। ਅੱਛਾ ਅੱਛਾ, ਹਾਂ। ਅੱਧਾ ਮੁਰੱਬਾ ਸਾਡਾ ਉੱਥੇ ਸੀ, ਇੱਥੇ ਮਾਣੀ ਵਾਲੇ ਸੀ ਫਿਰ ਸਾਡਾ। ਅੱਛਾ ਅੱਛਾ, ਹਾਂ, ਠੀਕ। ਤੇ ਬਾਪੂ ਜਿਹੜਾ ਮਾਣੀ ਵਾਲੇ ਤੁਹਾਡਾ ਜਿਹੜਾ ਘਰ ਸੀ ਉੱਥੇ ਕੱਚਾ ਸੀ, ਪੱਕਾ ਸੀ ਉਸ ਟਾਈਮ? ਕੱਚਾ ਸੀ, ਕੱਚਾ ਬਣਾਇਆ ਸੀ। ਅੱਛਾ, ਬੜੇ ਤਕੜੇ ਤਕੜੇ
ਕੋਠੇ ਸਨ। ਅੱਛਾ ਅੱਛਾ। ਆਹ ਤੇ ਕੋਠੇ ਹੀ ਕੱਖ ਨਹੀਂ, ਉਹ ਕਿੱਡੇ ਕਿੱਡੇ ਲੰਮੇ ਕੋਠੇ ਸਨ। ਠੀਕ ਠੀਕ ਚੁਬਾਰੇ, ਮਤਲਬ ਚੁਬਾਰੇ ਵਧੀਆ ਬਣਾਇਆ ਸੀ। ਹਾਂ ਵਧੀਆ। ਠੀਕ ਠੀਕ। ਤੇ ਬਾਪੂ ਜੀ ਆਪਣੇ ਪਿੰਡ ਵਿੱਚ ਮਤਲਬ ਕਿਹੜੀ ਕਿਹੜੀ ਜਾਤਾਂ ਰਹਿੰਦੀਆਂ ਹਨ ਉਸ ਟਾਈਮ? ਉੱਥੇ ਜਾਤਾਂ ਰਹਿੰਦੀਆਂ ਹਨ, ਕੁਛ ਨਾਲ ਸਾਡੇ ਸਨ ਆਪਣੇ ਹਨ ਪਿੰਡਰ ਸਨ। ਉਹ ਆਈ ਜੀ ਲੱਗਾ ਇੱਥੇ ਆਪਣਾ ਪੰਜਾਬ ਵਿੱਚ ਲੱਗਾ। ਅੱਛਾ ਅੱਛਾ। ਆਈ ਜੀ ਹੈ, ਆਈ ਜੀ ਹੈ ਨਾਲ ਸਾਡੇ ਘਰ ਦੇ ਉਹਦਾ ਨਾਲ ਹੀ ਘਰ ਸੀ ਉੱਥੇ ਮਤਲਬ? ਹਾਂ ਨਾਲ ਹੀ ਆ ਬਿਲਕੁਲ, ਜਿਵੇਂ ਸਾਡਾ ਬੂਹ ਹੈ ਨਾ। ਹਾਂਜੀ ਹਾਂਜੀ। ਇਸ ਤਰ੍ਹਾਂ ਉਹਨਾਂ ਦਾ ਘਰ ਸਨ, ਬੜੇ ਜਵਾਨ ਸਨ, ਲੰਮੇ ਲੰਮੇ ਸਨ। ਅੱਛਾ ਅੱਛਾ। ਠੀਕ ਹੈ। ਕੁਛ ਫੈਂਸਰੇ ਦੇ ਸਨ ਇਸ ਤਰ੍ਹਾਂ ਕਰਕੇ। ਅੱਛਾ ਅੱਛਾ। ਤੇ ਮੁਸਲਮਾਨ ਕਿਹੜੇ ਰਹਿੰਦੇ ਹਨ ਪਿੰਡ ਵਿੱਚ? ਮੁਸਲਮਾਨਾਂ ਦਾ ਮੈਂ ਨਾਂ ਨਹੀਂ ਜਾਣਦਾ। ਨਹੀਂ ਨਹੀਂ, ਮਤਲਬ ਕਿਹੜੀ ਕਿਹੜੀ ਜਾਤਾਂ ਦੇ ਰਹਿੰਦੇ ਹਨ? ਇੱਕੇ ਜਾਤ ਹੀ ਸੀ, ਹੋਰ ਜਾਤ ਕਿਹੜੀ ਸੀ? ਅੱਛਾ ਅੱਛਾ। ਮੁਸਲਮਾਨ ਸਨ, ਉਹਨਾਂ ਦਾ ਵੱਖਰਾ ਸੀ। ਅੱਛਾ ਅੱਛਾ। ਸਾਡੇ ਬਾਜ਼ਾਰ ਵੱਖਰੇ, ਬਾਜ਼ਾਰ ਬੜੇ ਬੜੇ ਲੰਮੇ ਸਨ। ਅੱਛਾ ਅੱਛਾ, ਮਤਲਬ ਬਹੁਤ ਲੰਮੇ ਲੰਮੇ ਵਧੀਆ ਬਾਜ਼ਾਰ, ਬੜੇ ਬਾਜ਼ਾਰ ਸਨ ਤਕੜੇ। ਠੀਕ ਠੀਕ। ਤਿੰਨ ਚਾਰ ਬਾਜ਼ਾਰ ਸਨ। ਅੱਛਾ ਅੱਛਾ। ਠੀਕ ਠੀਕ। ਹਾਂ। ਤੇ ਬਾਪੂ ਜੀ ਆਪਣੇ ਪਿੰਡ ਵਿੱਚ ਸਕੂਲ ਵੀ ਹੁੰਦਾ ਸੀ? ਹਾਂ ਸਕੂਲ ਸੀ, ਗੁਰਦੁਆਰਾ ਸੀ। ਅੱਛਾ ਅੱਛਾ। ਦਾਰਾ ਸੀ ਬਹਿਣ ਵਾਲਾ ਜਿਹੜਾ ਮੁਸਲਮਾਨਾਂ ਦਾ। ਅੱਛਾ। ਦਾਰਾ ਜਿੱਥੇ ਸਾਰੇ ਬੰਦੇ ਬਹਿੰਦੇ ਹਨ, ਬੋਰਡ ਸਨ ਬੜੇ ਬੜੇ ਤਕੜੇ। ਠੀਕ ਠੀਕ। ਜਗ੍ਹਾ ਬੜੀਆਂ ਸੋਹਣੀਆਂ ਬਣੀ ਆ, ਜਗ੍ਹਾ ਸੋਹਣੀ ਬਣੀ ਆ। ਠੀਕ ਠੀਕ। ਤੇ ਬਾਪੂ ਜੀ ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਸੀ, ਉਹ ਕੱਚਾ ਸੀ ਪੱਕਾ ਸੀ ਉਸ ਟਾਈਮ? ਪੱਕਾ ਪੱਕਾ ਵਧੀਆ ਬਣਾਇਆ ਸੀ ਪੱਕਾ, ਉਹ ਗੁਰਦੁਆਰਾ ਪੱਕਾ। ਠੀਕ ਠੀਕ। ਤੇ ਮਸੀਤ ਵੀ ਹੁੰਦੀ ਸੀ ਮੁਸਲਮਾਨਾਂ ਦੀ? ਹਾਂ ਮਸੀਤ ਵੀ ਸੀ। ਅੱਛਾ, ਮਸੀਤ ਵੀ ਐਸੀ ਆ। ਠੀਕ ਠੀਕ। ਤੇ ਬਾਪੂ ਜੀ ਜਿਹੜਾ ਸਕੂਲ ਹੁੰਦਾ ਸੀ, ਮਤਲਬ ਤੁਸੀਂ ਉੱਥੇ ਪੜ੍ਹੇ ਹੋ ਸਕੂਲ ਵਿੱਚ ਕਿ ਨਹੀਂ? ਉਹ ਸਕੂਲ ਵਿੱਚ ਨਹੀਂ ਮੈਂ ਪੜ੍ਹਿਆ। ਅੱਛਾ। ਹਾਂ ਤੁਸੀਂ ਵੈਸੇ ਪੜ੍ਹੇ ਹੋ ਪਾਕਿਸਤਾਨ ਉੱਥੇ? ਹਾਂ। ਕਿੱਥੇ ਪੜ੍ਹੇ ਹੋ? ਅਸੀਂ ਇੱਥੇ ਆਪਣਾ ਨਾ ਉੱਥੇ ਬਾਣੀ ਵਾਲੇ ਪੜ੍ਹਦਾ ਰਿਹਾ ਮੈਂ। ਬਾਣੀ ਵਾਲੇ ਪੜ੍ਹੇ ਹੋ? ਹਾਂ ਬਾਣੀ। ਅੱਛਾ ਅੱਛਾ। ਕਿੰਨੀ ਜਮਾਤਾਂ ਪੜ੍ਹੇ ਬਾਪੂ ਜੀ? ਉੱਥੇ ਚੌਥੀ ਸਨ ਜਦੋਂ ਅਸੀਂ ਜੰਗ ਲੱਗਾ ਨਾ। ਹਾਂਜੀ ਹਾਂਜੀ। ਉਦੋਂ ਚੌਥੀ। ਅੱਛਾ ਚੌਥੀ ਦੱਸੋ। ਹਾਂ। ਠੀਕ ਠੀਕ। ਤੇ ਮਾਸਟਰ ਦਾ ਨਾਂ ਯਾਦ ਹੈ ਜਿਹੜਾ ਪੜ੍ਹਾਉਂਦਾ ਹੁੰਦਾ ਸੀ ਮਾਸਟਰ? ਨਾ ਮਾਸਟਰ ਦਾ ਨਹੀਂ ਯਾਦ। ਅੱਛਾ ਮਾਸਟਰ ਦਾ ਨਾਂ 60-70 ਸਾਲ ਹੋ ਗਏ ਨਾ। 70-78 ਸਾਲ ਹੋ ਗਏ ਪਾਕਿਸਤਾਨ। ਠੀਕ ਠੀਕ। ਤੇ ਉਦੋਂ ਉਰਦੂ ਚੱਲਦੀ ਸੀ, ਕਿਹੜੀ ਚੱਲਦੀ ਸੀ ਭਾਸ਼ਾ? ਉਰਦੂ। ਉਰਦੂ। ਤੇ ਉਰਦੂ ਤੁਸੀਂ ਜਾਣਦੇ ਹੋ ਸਾਰੀਆਂ? ਆਪਣਾ ਨਾਮ ਵੀ ਜਾਣਦਾ, ਹੁਣ ਤੇ ਪੁੱਲ ਪਲ ਗਏ ਨੇ, ਹੁਣ ਇੰਨੇ ਸਾਲ ਹੋ ਗਏ, ਇੰਨੇ ਸਾਲ ਹੋ ਗਏ। ਤੇ ਬਾਪੂ ਜੀ ਹੁਣ ਇਹ ਦੱਸੋ, ਜਦੋਂ ਉਜਾੜੇ ਪਏ ਨੇ, ਜਦੋਂ ਵੰਡ ਹੋਈ ਹੈ, ਜਦੋਂ ਸੰਤਾੜੇ ਦਾ ਕੰਮ ਬਣਿਆ, ਉਦੋਂ ਤੁਹਾਨੂੰ ਕਿਵੇਂ ਪਤਾ ਲੱਗਾ ਸੀ ਆਪਣਾ ਪਿੰਡੋਂ ਨਿਕਲਣਾ, ਉਹਦੇ ਬਾਰੇ ਦੱਸੋ ਗੱਲ? ਉਦੋਂ ਚਾਮ ਕੇ ਹਨ ਸਾਡੇ ਨਾਲ। ਅੱਛਾ। ਚਾਮ ਕੇ ਉਹਨਾਂ ਨੂੰ ਪਾਇਆ ਸਨ ਮੁਸਲਮਾਨ। ਅੱਛਾ ਅੱਛਾ। ਉੱਥੋਂ ਲੜਾਈ ਸ਼ੁਰੂ ਹੋਈ ਸੀ। ਉਹ ਜਵਾਨ ਬੀਬੀਆਂ ਜਿਹੜੀਆਂ ਨੇ ਖੂਹ ਦੇ ਵਿੱਚ ਛਾਲਾਂ ਮਾਰ ਮਾਰ ਕੇ ਵਿਚਾਰੀਆਂ ਮਰ ਗਈਆਂ ਹਨ। ਅੱਛਾ। ਖੂਹ ਭਰੇ ਗਏ ਸਨ, ਉਹ ਫਿਰ ਆ ਗਏ ਹਨ 4 ਵਜੇ ਸਾਡੇ ਪਿੰਡ ਆ ਗਏ ਹਨ। ਠੀਕ ਹੈ। ਆਖਣ ਲੱਗੇ ਵੀ ਮਿੱਤਰੋ ਉੱਠ ਕੇ ਨਿਕਲ ਚਲੋ, ਬੜੀ ਕਾਟਵਾਦ ਹੋ ਗਈ ਹੈ ਤੇ ਨਿਕਲ ਚਲੋ। ਉੱਥੇ ਹੀ ਡੰਗਰ ਛੱਡੇ, ਉੱਥੇ ਹੀ ਸਭ ਕੁਛ ਛੱਡਿਆ ਤੇ ਆਪਣਾ ਚੁੱਕ ਕੇ ਤੇ ਅੱਛਾ ਅੱਛਾ ਤੁਰ ਪਏ ਉਹਨਾਂ ਦੇ ਨਾਲ। ਮਾਲ ਡੰਗਰ ਬੱਝਾ ਸਭ ਕੁਛ ਉੱਥੇ ਛੱਡਿਆ। ਫਿਰ ਸ਼ੇਖਪੁਰੇ ਆ ਗਏ। ਅੱਛਾ ਅੱਛਾ। ਹਾਂ ਨਨਕਾਣੇ ਸਾਹਿਬ ਆ ਗਏ। ਨਨਕਾਣੇ ਸਾਹਿਬ। ਹਾਂ ਮੁਸਲਮਾਨਾਂ ਨੇ ਘੱਲੀ ਗੱਡੀ, ਉਹਦੇ ਵਿੱਚ ਸੀ ਫੌਜ। ਅੱਛਾ। ਉਹ ਦੁਨੀਆ ਭੱਜੀ ਵਾ ਗੱਡੀ ਦੇ ਚੜ ਕੇ ਚੱਲਦੇ ਆ, ਉਹ ਜਦ ਦੁਨੀਆ ਗਈ ਫਾਇਰਿੰਗ ਸ਼ੁਰੂ ਕਰ ਲਈ, ਬੜਾ ਮੁਲਕ ਮਰਿਆ।
ਆਪਣਾ ਤਾਂ ਨੀ ਕੋਈ ਸ਼ਹੀਦ ਹੋਇਆ ਘਰ ਦਾ ਕੋਈ ਵੱਡ ਵਡੇਰਾ ਕੋਈ ਬਸ ਸਹੀ ਸਲਾਮਤ ਰਹੇ ਸਾਡਾ ਮਾਮਾ ਤੇ ਨਾਨਾ ਸੀ ਇੱਕ ਅੱਛਾ ਉਹ ਬਿਮਾਰ ਹੋ ਕੇ ਮਰੇ ਸਨ ਅੱਛਾ ਬਿਮਾਰ ਹੋ ਕੇ ਮਰੇ ਹਨ ਬਿਮਾਰ ਹੋ ਕੇ ਮਰੇ ਸਨ ਤੇ ਬਾਪੂ ਜਦੋਂ ਔਖਾ ਵੇਲਾ ਤੇ ਬੜਾ ਸੀ ਜਦੋਂ ਭਰੇ ਘਰ ਛੱਡ ਕੇ ਨਿਕਲੇ ਤੁਸੀਂ ਹੈ ਵੀ ਅੱਜ ਸਾਨੂੰ ਕੋਈ ਆਖੇ ਵੀ ਭਰੇ ਘਰ ਛੱਡ ਕੇ ਨਿਕਲੋ ਬਾਹਰ ਸਾਨੂੰ ਕਿਹੋ ਜਿਹਾ ਲੱਗੇਗਾ ਮੈਂ ਨਾ ਕੋਈ ਗੱਲ ਨੀ ਪਰ ਮਾਰੀ ਤੇ ਨਿਕਲੀ ਦੁਨੀਆ ਵੀ ਜਾਨਾ ਜਾਨਾ ਬਚਾ ਕੇ ਨਿਕਲੇ ਤੁਸੀਂ ਆਪਣੇ ਜਾਨਾ ਬਚਾ ਬੜੀ ਕੁਰਬਾਨੀਆਂ ਦਿੱਤੀਆਂ ਤੁਸੀਂ ਬਜ਼ੁਰਗਾਂ ਨੇ ਬੜਾ ਬੜਾ ਮਾਣ ਨਾ ਵੇਖਿਆ ਪ੍ਰੋਗਰਾਮ ਸਹੀ ਗੱਲ ਕੋਲੇ ਆਵਾ ਛੱਪੜੀਆਂ ਚ ਪਾਣੀ ਜਿਹੜਾ ਹੈ ਨਾ ਇਹ ਕੋਲ ਹੀ ਮਿਲਦਾ ਹੁੰਦਾ ਮੁਰਦਿਆਂ ਵਾਲਾ ਪਾਣੀ ਲੋਕੀ ਪੀ ਪੀ ਕੇ ਟਾਈਮ ਪਾਸ ਕੀਤਾ ਇੰਨੀ ਤੰਗੀ ਆਈ ਇੰਨੀ ਤੰਗੀ ਆਈ ਬੜਾ ਜ਼ੁਲਮ ਹੋਇਆ ਬੜਾ ਬਹੁਤ ਜ਼ੁਲਮ ਹੋਇਆ ਅੱਜ ਤੇ ਗੱਲ ਹੀ ਕੋਈ ਜੇ ਅੱਜ ਕੋਈ ਜਾਏ ਆ ਮੰਡੀ ਜਾਏ ਜਾ ਹੀ ਨਹੀਂ ਸਕਦੇ ਨਹੀਂ ਜਾ ਸਕਦੇ ਬਾਹਰ ਸਾਨੂੰ ਸੁਣ ਕੇ ਸਾਨੂੰ ਤੇ ਅੱਖਾਂ ਚ ਹੋਣਾ ਜਾਂਦਾ ਤੇ ਸਾਡਾ ਚਾਚਾ ਸੀ ਇੱਕ ਇੱਕ ਸਾਥੋਂ ਵੱਡਾ ਸੀ ਉਹ ਮੱਝੀ ਲਿਆਏ ਸਨ ਕਾਫਲੇ ਦੇ ਨਾਲ ਅੱਛਾ ਕਾਫਲੇ ਦੇ ਨਾਲ ਮੱਝੀ ਲਿਆਏ ਸਨ ਮੱਝੀ ਲਿਆਏ ਸਨ ਉਹ ਗਰਾਉਂਦੇ ਆਏ ਸਨ ਠੀਕ ਹੈ ਗਰਾਉਂਦੇ ਰਹੇ ਸਨ ਇੱਥੋਂ ਫਿਰ ਉਹ ਸਾਡੇ ਕੋਲ ਆ ਗਿਆ ਅੱਖਲ ਖੇਤਰ ਅੱਖਲ ਖੇਤਰ ਰਹੇ ਹਾਂ ਬੜਾ ਚਿਰ ਲੱਕੜੀਆਂ ਵੱਢ ਵੱਢ ਕੇ ਟਾਈਮ ਪਾਸ ਕਰਦੇ ਰਹੇ ਹਾਂ ਜੰਗਲ ਚੋਂ ਨਾ ਲੱਕੜੀਆਂ ਲਿਆਉਣੀਆਂ ਤੂੰ ਵੇਚ ਕੇ ਤੇ ਆਪਣਾ ਟਾਈਮ ਪਾਸ ਕਰਨਾ ਟਾਈਮ ਪਾਸ ਕਰਨਾ ਸਹੀ ਗੱਲ ਤੇ ਬਾਪੂ ਜੀ ਤੁਸੀਂ ਗੱਡੀਆਂ ਤੇ ਆਏ ਸੋ ਫਿਰ ਉੱਥੋਂ ਗਈਆਂ ਕਿਵੇਂ ਆਏ ਸੋ ਅਸੀਂ ਉੱਥੋਂ ਗੱਡੀ ਤੇ ਆਏ ਸਾਂ ਗੱਡੀ ਤੇ ਆਏ ਸੋ ਹਾਂ ਸ਼ੇਖ ਨਨਕਾਣੇ ਸਾਹਿਬ ਨੂੰ ਗੱਡੀ ਤੇ ਚੜੇ ਅੱਛਾ ਅੱਛਾ ਨਨਕਾਣੇ ਸਾਹਿਬ ਤੋਂ ਫਿਰ ਤੁਸੀਂ ਗੱਡੀ ਤੇ ਆਏ ਹੋ ਗੱਡੀ ਤੇ ਅੰਬਰਸਰ ਠੀਕ ਠੀਕ ਤੇ ਬਾਪੂ ਜੀ ਹੁਣ ਇਹ ਦੱਸੋ ਵੀ ਆਪਣਾ ਜਿਹੜੇ ਤੁਹਾਡੇ ਪਿੰਡ ਦੇ ਮੁਸਲਮਾਨ ਹੁੰਦੇ ਹਨ ਉਹਨਾਂ ਨਾਲ ਪ੍ਰੇਮ ਪਿਆਰ ਕਿਹੋ ਜਿਹਾ ਸੀ ਵੰਡ ਤੋਂ ਪਹਿਲਾਂ ਆਹੋ ਪਹਿਲਾਂ ਪੂਰਾ ਸੀ ਸਾਰ ਮਤਲਬ ਵਧੀਆ ਪ੍ਰੇਮ ਪਿਆਰ ਵਧੀਆ ਸੀ ਹਾਂ ਉਹ ਇਹੋ ਜਿਹਾ ਕੰਮ ਹੀ ਕੋਣੀ ਸੀ ਵੀ ਇਹ ਹਿੰਦੂ ਹੈ ਕਿ ਇਹ ਸਿੱਖ ਹੈ ਇਹ ਮੁਸਲਮਾਨ ਨਾ ਨਾ ਕੋਈ ਗੱਲਬਾਤ ਨਹੀਂ ਇਹੋ ਦਾ ਮਤਲਬ ਭੇਦਭਾਵ ਹੈ ਹੀ ਕੋਣੀ ਸੀ ਕਿਸੇ ਦਾ ਨਾ ਨਾ ਐਨ ਵਰਤੋ ਵਰਤੋ ਪੂਰਾ ਸੀ ਬੜਾ ਵਧੀਆ ਵਧੀਆ ਸੀ ਹਾਂ ਠੀਕ ਕੋਈ ਗੱਲ ਹੀ ਕੋਈ ਨਹੀਂ ਕਿਸੇ ਨੂੰ ਤੇ ਆਪਣੇ ਪਿੰਡ ਵਿੱਚ ਬਾਪੂ ਜੀ ਕੋਈ ਦੁਕਾਨ ਵੀ ਹੁੰਦੀ ਸੀ ਸੋਤੇ ਸੋਤੇ ਪੱਤੇ ਦੀ ਕਿ ਨਹੀਂ ਵਾਧੂ ਅੱਛਾ ਇੱਕ ਬਾਬਾ ਨਾਨਕ ਸੀ ਉਹਦੀ ਦੁਕਾਨ ਹੁੰਦੀ ਸੀ ਬਾਬਾ ਨਾਨਕ ਹੈ ਨਾਨਕ ਆ ਉਹ ਅੱਛਾ ਅੱਛਾ ਖੱਤਰੀ ਸੀ ਖੱਤਰੀ ਸੀ ਉਹਨੂੰ ਨਾਨਕ ਨਾਨਕ ਆਉਂਦੇ ਸਨ ਨਾਨਕ ਆਉਂਦੇ ਹਾਂ ਉਹਦੀ ਦੁਕਾਨ ਸੀ ਬੜੀ ਤਗੜੀ ਬੜੀ ਤਗੜੀ ਸਕੂਲ ਨੂੰ ਜਾਈਦਾ ਸੀ ਨਾ ਹਾਂਜੀ ਹਾਂਜੀ ਉਹਦੀ ਰਾਹ ਚ ਦੁਕਾਨ ਆਉਂਦੀ ਸੀ ਅੱਛਾ ਅੱਛਾ ਤੁਸੀਂ ਸੌਦਾ ਪਤਾ ਉਹਦੇ ਕੋਲ ਲੈਂਦੇ ਸੀ ਚੀਜ਼ ਹਾਂ ਉਹਦੇ ਕੋਲ ਲੈਂਦੇ ਅੱਛਾ ਅੱਛਾ ਹਾਂ ਠੀਕ ਠੀਕ ਹੋਰ ਵੀ ਦੁਕਾਨਾਂ ਆਈ ਸਨ ਛੋਟੀਆਂ ਮੋਟੀਆਂ ਸਾਡਾ ਇੱਕ ਵੱਡਾ ਸੀ ਤੋਂ ਜਿਹੜਾ ਉਹ ਗੋਲੀ ਵੀ ਚੱਲੇ ਸਾਡਾ ਨਾਲ ਡੇਰਾ ਸੀ ਅੱਛਾ ਢਾਬਾਂ ਵਾਲੀ ਮੰਡੀ ਦੇ ਇਸ ਪਾਸੇ ਢਾਬਾਂ ਤੇ ਇੱਕ ਪਾਸੇ ਸਾਡਾ ਡੇਰਾ ਸੀ ਹਾਂਜੀ ਹਾਂਜੀ ਉਹ ਡੇਰੇ ਤੋਂ ਭੱਜ ਕੇ ਜਾ ਕੇ ਇੱਕ ਸਿਆਂ ਦਾ ਚੁੱਕ ਲਿਆ ਪੀਪਾ ਅੱਛਾ ਅੱਛਾ ਤੇ ਕੋਈ ਹੋਰ ਮਾਲ ਚੁੱਕ ਕੇ ਆ ਗਿਆ ਤੂੰ ਕਿੱਥੇ ਗਿਆ ਤੂੰ ਕਿੱਥੇ ਗਿਆ ਹਾਂ ਉਹ ਵੇਖਦਾ ਸਿਆਂ ਦਾ ਨਾਲ ਹੀ ਪੀਪਾ ਲਿਆਂਦਾ ਹੈ ਉਹ ਪੀਪਾ ਪੀਪਾ ਲੈਂਦਾ ਪੀਪਾ ਪੀਪਾ ਤੇ ਬਾਪੂ ਜਿਹੜਾ ਨਾਨਕ ਹੁੰਦਾ ਸੀ ਖੱਤਰੀ ਜਦੋਂ ਤੁਸੀਂ ਸੌਦਾ ਪੱਤਾ ਲੈਂਦੇ ਸੋ ਤੇ ਉਦੋਂ ਮਤਲਬ ਆਪਣਾ ਆਧਾਰ ਸ਼ਧਾ ਚੱਲਦੀ ਕਿ ਛਮਾਈ ਦਾਣੇ ਦਿੰਦੇ ਹੁੰਦੇ ਸੋ ਆਧਾਰ ਵੀ ਚੱਲਦੀ ਸੀ ਇਸੇ ਤਰ੍ਹਾਂ ਹੀ ਕੰਮ ਜਿਵੇਂ ਹੁਣ ਚੱਲਦੇ ਨੇ ਇਸ ਤਰ੍ਹਾਂ ਹੀ ਚੱਲਦੇ ਆ ਦਾਣੇ ਕੋਲ ਢਾਲ ਲੈਂਦੇ ਆ ਹਾਂ ਚੱਲ ਜਿਵੇਂ ਚਮਾਈ ਦਾਣੇ ਦਿੱਤੇ ਜਿਵੇਂ ਹਾਂ ਠੀਕ ਠੀਕ ਵੀ ਵਿਆਰ ਚੰਗਾ ਹੀ ਤਾਂ ਹੀ ਦਰਸ਼ਦਾਰ ਕਰਦਾ ਸੀ ਹਾਂ ਉਂਜ ਕੌਣ ਕਰਦਾ ਉਂਜ ਕੌਣ ਕਰਦਾ ਬਸ ਤੇ ਬਾਪੂ ਜੀ ਉਸ ਟਾਈਮ ਆਪਣੇ ਪਿੰਡ ਦਾ ਨੰਬਰਦਾਰ ਕਿਹੜਾ ਹੁੰਦਾ ਸੀ ਨੰਬਰਦਾਰ ਹੁੰਦੇ ਸਨ
ਅਮਰੀਕ ਸਿੰਘ ਹਰੀ ਇਸ ਤਰ੍ਹਾਂ ਕਰਕੇ ਦੋ ਤਿੰਨ ਭਰਾ ਸਨ। ਅਮਰੀਕ ਸਿੰਘ ਅਮਰੀਕ ਸਿੰਘ ਉਹਨਾਂ ਦਾ ਅੱਜ ਜਾਂਦੇ ਹਨ ਤੇ ਡੇਉੜੀ ਵਾਲੋ ਉਹਨਾਂ ਦਾ ਘਰ ਸੀ, ਬਾਰ ਬਾਰ ਉਹਨਾਂ ਦੇ ਘਰ ਸਨ। ਉਧਰ ਵੇਖੋ ਬਾਪੂ। ਅੱਛਾ ਅੱਛਾ। ਤੇ ਬਾਪੂ ਜਿਵੇਂ ਆਪਣਾ ਕੋਈ ਵਿਆਹ ਢੰਗ ਹੁੰਦਾ ਸੀ ਜਿਵੇਂ, ਤੇ ਮਤਲਬ ਆਪਣਾ ਮੁਸਲਮਾਨ ਆਉਂਦੇ ਜਾਂਦੇ ਸਨ ਕਿ ਨਹੀਂ ਆਉਂਦੇ ਜਾਂਦੇ? ਮਤਲਬ ਸਾਰੇ ਆਉਂਦੇ ਜਾਂਦੇ ਸਨ, ਗੱਲਬਾਤ ਹੀ। ਅੱਛਾ ਅੱਛਾ। ਮਤਲਬ ਜਿਵੇਂ ਭਰਾਵਾਂ ਭਰਾਵਾਂ ਦਾ ਤੌਰ ਸੀ, ਕੋਈ ਗੱਲ ਸਾਡੇ ਪਿੰਡ ਚ ਕੋਈ ਇਹੋ ਜਿਹੀ ਗੱਲ ਨਹੀਂ ਹੋਣੀ ਸੀ ਕੋਈ। ਬੜਾ ਪਿਆਰ ਸੀ, ਬੜਾ ਪਿਆਰ ਸੀ। ਤੇ ਜਿਵੇਂ ਮਤਲਬ ਜਿਵੇਂ ਕਿਸੇ ਮੁਸਲਮਾਨ ਦੀ ਧੀ ਦਾ ਵਿਆਹ ਹੋਣਾ, ਮਦਦ ਕਰਦੇ ਹੁੰਦੇ ਹੋ? ਹਾਂ, ਉਹ ਜਾਂਦੇ ਹੁੰਦੇ ਸਾਰੇ ਜਿਵੇਂ ਹੁਣ ਕਰਦੇ। ਕਿਸੇ ਦਾ ਗੱਲਬਾਤ ਹੀ ਕੋਈ ਨਹੀਂ ਹੁੰਦੀ, ਲੜਾਈ ਵਾਲੀ ਤੇ ਕਹਾਣੀ ਹੀ ਕੋਈ ਜੀ। ਸਹੀ ਗੱਲ। ਉਦੋਂ ਤੇ ਪਤਾ ਹੀ ਸਹੀ ਗੱਲ। ਆਪਣੇ ਕਿਰਾਏ ਸਨ ਸਾਡੇ, ਬੋਰ ਸ਼ਾਮ ਬੈਠੇ ਉਹ ਸਾਡੇ ਗੁਆਂਢ ਹੁੰਦੇ ਆ। ਅੱਛਾ, ਗੁਆਂਢ ਹੁੰਦੇ ਆ। ਸ਼ਬੇਗਾ, ਜੰਗੀਰਾ, ਬਹਾਦਰ ਸਿੰਘ ਦੇ ਮੁੰਡੇ ਸਨ। ਕਿਹੜੀ ਖੇਡਾਂ ਚੱਲਦੀਆਂ ਹੁੰਦੀਆਂ ਬਾਪੂ ਜੀ? ਕਿਹੜੀ ਖੇਡ ਖੇਡਦੇ ਹੁੰਦੇ ਹੋ? ਕਿਹੜੀ ਖੇਡਾਂ ਖੇਡਦੇ ਹੁੰਦੇ ਹੋ? ਉਦੋਂ ਤਾਂ ਖੇਡਾਂ ਗੁੱਲੀ ਡੰਡਾ ਹੀ ਸੀ, ਹੋਰ ਖੇਡ ਹੀ ਕੋਈ। ਗੁੱਲੀ ਡੰਡਾ ਖੇਡਣਾ ਤੇ ਜਾਂ ਕਬੱਡੀ ਖੇਡਣਾ, ਤੇ ਜਾਂ ਛਾਲ ਮਾਰ ਲਾ, ਬਸ ਆਹ ਕੰਮ ਹੁੰਦੀਆਂ। ਹੁਣ ਤੇ ਕਈ ਆ ਨਿਕਲ ਪਈਆਂ, ਚਿੜੀਆ ਮਾਰਦੇ ਨੇ, ਕੋਈ ਅੱਜ ਕਰਦਾ। ਅੱਜ ਕੱਲ੍ਹ ਖੇਡਾਂ ਰਹਿ ਗਈਆਂ ਬਾਪੂ, ਅੱਜ ਕੱਲ੍ਹ ਖੇਡ ਮੋਬਾਈਲ ਹੋ ਗਏ ਨੇ। ਮੋਬਾਈਲ ਮੋਬਾਈਲ ਬਸ ਉਹ ਚਲਾਉਣਾ। ਉਦੋਂ ਦੇ ਤਾਕਤ ਦੀਆਂ ਖੇਡਾਂ, ਕਬੱਡੀ ਖੇਡਦੀਆਂ, ਜੱਪਲ ਕੌਡੀ ਖੇਡਦੇ ਨੇ, ਅੱਗੋਂ ਦੀ ਆਉਣਾ ਕੱਲੇ ਨੇ, ਉਹਨੂੰ ਕੱਲੇ ਨੇ ਫੜਨਾ, ਕੱਲੇ ਫੜ ਲੈਣਾ, ਫੇਰ ਪਤਾ ਲੱਗਦਾ ਵੀ ਕਿਹੜਾ। ਸਹੀ ਗੱਲ। ਤੇ ਹੁਣ ਤੇ ਇੱਕ ਨੂੰ ਪੰਜ ਸੱਤ ਜਣੇ ਪੈ ਜਾਂਦੇ ਨੇ ਚੱਲ। ਸਹੀ ਗੱਲ, ਬਿਲਕੁਲ। ਤੇ ਬਾਪੂ ਜੀ ਆਪਣੇ ਪਿੰਡ ਵਿੱਚ ਕੋਈ ਮੇਲਾ ਵੀ ਲੱਗਦਾ ਹੁੰਦਾ ਸੀ? ਆਪਣੇ ਪਿੰਡ ਮੇਲਾ ਲੱਗਦਾ ਸੀ? ਮੇਲਾ ਮੇਲਾ ਨਹੀਂ, ਆਪਣੇ ਸਾਨੂੰ ਜਿਹੜੇ ਲਾਉਂਦੇ ਚਿਮਟਾ ਵਜਾਉਂਦੇ ਹੁੰਦੇ ਹਨ ਮੁਸਲਮਾਨ, ਜਿਹੜੇ ਬੜੇ ਗੋਈਏ ਹੁੰਦੇ ਸਨ। ਅੱਛਾ ਅੱਛਾ। ਕਵਾਲੀਆਂ ਗਾਉਂਦੇ ਹੁੰਦੇ? ਹਾਂ, ਕਵਾਲੀਆਂ ਗਾਉਂਦੇ ਨੇ, ਬੜੀ ਬੜੀ ਦੂਰ ਤੋਂ ਆਵਾਜ਼ ਜਾਂਦਾ ਸੀ। ਅੱਛਾ ਅੱਛਾ। ਅਨੂਰੀ ਕੰਬੋਕਾ ਹੁੰਦਾ ਸੀ ਨਾ, ਤੇ ਉਹ ਆਉਂਦਾ ਗਾਣੇ ਗਾਉਂਦਾ ਹੁੰਦਾ ਸੀ ਨਾ, ਜਦੋਂ ਰਾਤ ਨੂੰ ਉਹਦਾ ਮੀਲਾਂ ਤੇ ਆਵਾਜ਼ ਜਾਂਦਾ ਹੁੰਦਾ ਸੀ। ਕੀ ਨਾਂ ਸੀ ਉਹਦਾ? ਨੂਰੀ ਨੀਰੋ ਕੰਬੋਕਾ। ਨਾ, ਨੂਰੀ ਕੰਬੋਕਾ। ਅੱਛਾ ਅੱਛਾ। ਉਹ ਗਾਣੇ ਗਾਉਂਦਾ ਹੁੰਦਾ ਸੀ, ਆਉਂਦਾ ਸਿੱਖਾਂ ਨੇ ਜਾਣਾ ਪਾਣੀ ਪੱਥ ਪਰਨਾਲ ਨੂੰ। ਅੱਛਾ। ਤੇ ਬੰਦਿਆਂ ਕਹਿੰਦਾ ਸ਼ਦਾਈ ਤੇ ਨਹੀਂ, ਉਹ ਮੁਸਲਮਾਨ ਸੀ ਨੂਰੀ। ਹਾਂ, ਮੁਸਲਮਾਨ। ਤੇ ਉਹਨੂੰ ਕਿਵੇਂ ਪਤਾ ਲੱਗ ਗਿਆ ਵੀ ਸਿੱਖਾਂ ਨੇ ਟੁਰ ਜਾਣਾ? ਉਹ ਪਾਣੀ ਪੱਥ ਕਰਨਾਲ। ਜਿਹੜੇ ਮੇਰੀ ਗੱਲ ਸੁਣ, ਕੁਵੀਸਰ ਹੁੰਦੇ ਨੇ ਨਾ, ਕੁਵੀਸਰਾਂ ਨੂੰ ਪਤਾ ਲੱਗ ਜਾਂਦਾ, ਜਿਹੜਾ ਪੜ੍ਹੇ ਲਿਖੇ ਬੰਦੇ ਨੇ। ਜਦੋਂ ਤੁਸੀਂ ਬਾਪੂ ਜੀ ਇੱਧਰ ਆ ਗਏ ਹਿੰਦੁਸਤਾਨ, ਦੁਬਾਰਾ ਆਪਣਾ ਪਿੰਡ ਵੇਖਣ ਗਏ ਹੋ ਕਦੀ ਕਿ ਨਹੀਂ? ਨਾ। ਦਿਲ ਕਰਦਾ ਪਿੰਡ ਵੇਖਣ ਨੂੰ? ਦਿਲ ਤੇ ਕਰਦਾ, ਪਰ ਹੁਣ ਜਾ ਕੇ ਕੀ ਕਰਾਂਗੇ? ਨਹੀਂ, ਤੁਹਾਡਾ ਜੰਮਪਲ ਉੱਥੇ ਦਾ ਵੀ ਦਿਲ ਤੇ ਕਰਦਾ ਹੀ ਹੋਣਾ ਆਪਣਾ ਪਿੰਡ ਵੇਖਣ ਦਾ।
ਉਹ ਦਿਲ ਤੇ ਕਰਦਾ ਹੀ ਹੈ ਪਰ ਕਰਦਾ ਕਿਉਂ ਨਹੀਂ? ਇਹ ਤੁਹਾਨੂੰ ਸਾਰਾ ਨਕਸ਼ਾ ਤਾਂ ਯਾਦ ਹੋਣਾ ਬਾਪੂ ਜੀ, ਅੱਜ ਆਪਣਾ ਤੁਸੀਂ ਪਿੰਡ ਜਾਓ ਤੇ ਸਾਰਾ ਸੰਜਾਲੋਗੇ? ਆ ਪਿੰਡ ਜਾਈਏ ਸਾਰਾ ਗਲੀ ਗਲੀ ਫਿਰਦਾ ਗਲੀ ਗਲੀ ਘੁੰਮਦਾ। ਸਾਡੇ ਪਿੰਡ ਦੀਆਂ ਗਲੀਆਂ ਖੁੱਲੀਆਂ ਹਨ। ਅੱਛਾ ਅੱਛਾ। ਬਾਜ਼ਾਰ ਬੜੇ ਬੜੇ ਖੁੱਲੇ ਹਨ। ਚਾਰ ਪੰਜ ਬਾਜ਼ਾਰ ਸਨ, ਇੱਕ ਅੰਜ ਦਾ ਸੀ, ਇੱਕ ਅੰਜ ਦਾ ਸੀ, ਇੱਕ ਫੇਰ ਮਗਰ ਅੰਜ ਸਿੱਧਾ। ਵੱਡੇ ਵੱਡੇ ਬਾਜ਼ਾਰ ਸਨ, ਵੱਡੇ ਵੱਡੇ ਬਾਜ਼ਾਰ ਸਨ। ਤੇ ਬਾਪੂ ਜੀ ਆਪਣੇ ਚੋ ਕੋਈ ਮਤਲਬ ਸਿੱਖਾਂ ਚੋ ਉੱਥੇ ਕੋਈ ਮੁਸਲਮਾਨ ਬਣ ਕਿਤੇ ਰਹਿ ਗਿਆ ਉੱਥੇ ਆਪਣੇ ਪਿੰਡ? ਨਾ ਸਾਰੇ ਆ ਗਏ ਸਨ ਇੱਥੇ। ਸਾਡੇ ਸਾਰੇ ਆ ਗਏ, ਕਈਆਂ ਚੋ ਰਹਿ ਗਏ ਹਨਾ, ਵਿਰਕਾਂ ਚੋ ਕਈ ਮੁਸਲਮਾਨ ਬਣ ਗਏ ਸਨ ਉੱਥੇ। ਹਾਂ ਕਈ ਨਾ ਸਾਡੇ ਕੋਲ ਨਹੀਂ ਬਣਿਆ। ਠੀਕ ਠੀਕ। ਸਾਰੇ ਆ ਗਏ, ਸਾਰੇ ਆ ਗਏ। ਠੀਕ ਠੀਕ। ਤੇ ਬਾਪੂ ਜੀ ਹੁਣ ਦੋ ਮਿੰਟ ਲੈਣੇ ਨੇ, ਹੁਣ ਇਹ ਦੱਸੋ ਵੀ ਉਹ ਟਾਈਮ ਚੰਗਾ ਸੀ ਕਿ ਇਹ ਟਾਈਮ ਚੰਗਾ ਤੁਹਾਡੇ ਹਿਸਾਬ ਨਾਲ? ਉਦੋਂ ਲੋਕਾਂ 'ਚ ਇੰਨਾ ਪਿਆਰ ਹੋਣਾ, ਇੰਨੀ ਮੁਹੱਬਤ ਹੋਣੀ, ਬਸ ਜਿਵੇਂ ਦਾ ਮੌਸਮ ਸੀ ਉਹ ਠੀਕ ਸੀ, ਜਿਵੇਂ ਦਾ ਇਹ ਮੌਸਮ ਇਹ ਠੀਕ ਹੈ। ਨਹੀਂ ਨਹੀਂ, ਅੱਜ ਕੱਲ ਦੇ ਭਰਾਵਾਂ ਭਰਾਵਾਂ ਦਾ ਨੀ ਪਿਆਰ ਰਹਿ ਗਿਆ, ਇੰਨਾ ਪਿਆਰ ਹੋਣਾ ਨਾਲ ਵੀ ਉਦੋਂ ਤਾਂ ਪਿਆਰ ਵਾਧੂ ਸਨ, ਵਾਧੂ ਸਨ। ਹੁਣ ਕੋਈ ਉਹਨਾਂ ਹੁਣ ਨੀ ਰਹਿ ਗਿਆ, ਹੁਣ ਕੋਈ ਗੱਲ ਬਾਤ ਨਹੀਂ। ਤੇ ਬਾਪੂ ਜਿਹੜੀ ਇੰਨੀ ਵੱਢ ਟੁੱਕ ਹੋਈ, ਚਲੋ ਤੁਹਾਡੇ ਪਿੰਡ 'ਚ ਨੀ ਇਹੋ ਜਿਹਾ ਕੰਮ ਹੋਇਆ, ਕਈ ਪਿੰਡਾਂ ਦੇ ਪਿੰਡ ਖਤਮ ਕਰਤੇ। ਨਾ ਨਾ, ਮੈਂ ਉਹ ਤਿੰਨ ਦੱਸਿਆ ਨਾ ਚਾਮ ਕੇ ਜਿਹੜੇ ਆਏ ਸਨ, ਉਹਨਾਂ ਸਾਨੂੰ ਆਣ ਕੇ ਆਖਿਆ ਵਾ ਉੱਠੋ ਨਿਕਲੋ। ਫਿਰ ਖਰਾਸ ਜੋਲਾ ਉਹਨਾਂ ਨੂੰ ਆਟਾ ਪੀ ਕੇ ਸਾਰਾ ਪਿੰਡ ਸੀ, ਰੋਟੀਆਂ ਪਕਾਈਆਂ ਉਹਨਾਂ ਦੀਆਂ, ਸਾਰਾ ਕੰਮ ਕੀਤੇ ਉਹਨਾਂ, ਰੋਟੀਆਂ ਖੁਆਈਆਂ, ਰੋਟੀ ਖੁਆਈਆਂ। ਫਿਰ ਉਹਨਾਂ ਦੇ ਨਾਲ ਕਾਫਲਾ ਬਣ ਕੇ ਅਸੀਂ ਨਿਕਲੇ ਕਿਸੇ ਗੱਡਾ ਜੋਲ ਅੱਗੇ ਦਾ ਟੁੱਟਾ ਭੱਜਾ ਸੀ। ਬਿਲਕੁਲ। ਅਭੀ ਇਹ ਵੰਡ ਜਿਹੜੀ ਹੋਈ ਹੈ ਕੰਮ ਕੁੱਲ ਮਿਲਾ ਕੇ ਗਲਤੀ ਹੋਇਆ ਵੀ, ਚਲੋ ਉਵੇਂ ਉਲਟਾ ਪਲਟੀ ਹੋ ਜਾਂਦੀ ਪ੍ਰੇਮ ਪਿਆਰ ਨਾਲ, ਵੀ ਇਹ ਪਰ ਜਾਨੀ ਹਮਲਾ ਨਾ ਹੋਵੇ। ਇਹ ਤੇ ਕਤਲਾਮ ਹੋਈ ਸੀ, ਕਤਲਾਮ ਹੋਈ, ਬੜੀ ਕਤਲਾਮ ਹੋਈ ਸੀ। ਸਹੀ ਗੱਲ। ਇਹ ਤਾਂ ਵੇਖਿਆ ਨਹੀਂ ਜਾਂਦਾ ਇੰਨਾ ਜ਼ੁਲਮ ਹੁੰਦਾ ਸੀ, ਬੜਾ ਜ਼ੁਲਮ। ਹਾਂ ਕਈਆਂ ਤੋਂ ਹੋਇਆ ਬੁਰਾ ਹਾਲ, ਜਿਹੜੇ ਇਧਰੋਂ ਗਏ ਨੇ ਮੁਸਲਮਾਨ ਉਹਨਾਂ ਨਾਲ ਵੀ ਹੋਇਆ, ਬੜਾ ਗਲਤ ਕੰਮ ਹੋਇਆ, ਬਹੁਤ ਜ਼ਿਆਦਾ ਕੰਮ। ਠੀਕ ਹੈ ਬਾਪੂ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।